ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗਰਮੀ ਵੀ ਹੋ ਗਈ ਪਰ ਗਰਮੀ ਉਹਨੂੰ ਆ ਜਿਹੜੇ ਏਸੀ 'ਚ ਬੈਠਾ ਵਿਹਲਾ ਉਹ ਦਿਖਾ ਦਿਓ ਉੱਧਰ ਭੱਠੇ ਵਾਲੇ ਸਾਡੇ ਇਹ ਮੁੰਡਿਆਂ ਨੂੰ ਵੀ ਕਹੀਦਾ ਥੱਲਿਓ ਰੇਤਾ ਤੱਤਾ ਉੱਤੋਂ ਗਰਮੀ ਉੱਤੋਂ ਹਵਾ ਗਰਮ ਪਾਣੀ ਵੀ ਤੱਤਾ ਹੈ ਨਾ ਜਿਹੜੇ ਹੱਠੀਏ ਨੇ ਕੰਮ ਕੱਲ੍ਹ ਨੂੰ ਅਸੀਂ ਵਿਚਾਰ ਕੀਤਾ ਵੀ ਇਹਨਾਂ ਨੂੰ ਸਵੀਲ ਅੱਡ ਮਹਾਰਾਜ ਸੁੱਖ ਰੱਖੇ ਵੀ ਇਹਨਾਂ ਨੂੰ ਸਵੀਲ ਦਾ ਪਾਣੀ ਕੱਲ੍ਹ ਨੂੰ ਅਸੀਂ ਚਲਾਉਣਾ ਪਹਿਲਾਂ ਵੀ ਆਪਾਂ ਲਾਈ ਸੀ ਪਰਸੋਂ ਵੀ ਲਾਈ ਸੀ ਪਰਸ ਤਾਂ ਮੁੰਡਿਆਂ ਨੇ ਲਾਈ ਆ ਅਤੇ ਕੱਲ੍ਹ ਨੂੰ ਮਹਾਰਾਜ ਸੁੱਖ ਰੱਖੇ ਇਹਨਾਂ ਨੂੰ ਅਸੀਂ ਤਸੱਲੀ ਨਾਲ ਵਧੀਆ ਮਹਾਰਾਜ ਦੀ ਕਿਰਪਾ ਦੇ ਨਾਲ ਪਾਣੀ ਸਵੀਲ ਬਣਾਵਾਂਗੇ ਅਤੇ ਆਓ ਉਸ ਨੂੰ ਹੁਣ ਮੁੰਡੇ ਬੁਲਾਉਂਦੇ ਹਾਂ ਅਤੇ ਆਪਣੇ ਹੁਣ ਇੱਥੇ ਮੈਨੂੰ ਮੇਰਾ ਟਾਈਮ ਹੋਣ ਵਾਲਾ 4:30 ਦਾ ਟਾਈਮ ਹੈਂ ਟਾਈਮ ਕਿੰਨਾ ਗਾ ਫੋਨ 'ਤੇ ਦੇਖੀ 4:52 ਮਤਲਬ ਆਪਣੇ ਸੌ ਹੀ ਆ ਸਾਰੇ ਇੱਥੇ ਪਿੱਚ 'ਤੇ ਉੱਚਾ ਵਾ ਹਵਾ ਬਹੁਤ ਸੋਹਣੀ ਲੱਗਦੀ ਆ ਅਸੀਂ ਤਾਂ ਕਹੇ 3 ਵਜੇ ਵੀ ਸਟਾਰਟ ਕਰ ਲਏ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਨਾ ਬਾਕੀ ਸਿੱਟਾ ਸੁੱਟਾ ਮਾਰ ਲਿਆ ਹੁਣ ਤਾਂ ਚਲੋ ਸੁੱਕ ਗਿਆ ਅਤੇ ਚਲ ਲਾਓ ਪੁੱਤ ਲਾਓ 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 ਖਿੱਚ ਕੇ 50 ਦਾ ਸੈੱਟ ਲਾ ਲਓ ਥੱਲੇ ਵਾਲਾ ਇਹਨੂੰ ਅਸੀਂ ਆਖਿਆ ਵੀ ਫੀਸ ਪਾਸ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮਹਾਰਾਜ ਕਿਰਪਾ ਸਾਰੀ ਮਾਰ ਹਾਂ ਵੀ ਰੱਬੋ ਕੀ ਹਾਲ ਆ ਬਰੂਸ ਲੀ ਵਰਗਾ ਬਣ ਗਿਆ ਠੀਕ ਆ ਨਾ ਟਾਈਮ ਲੱਗਦਾ ਜਿੱਥੇ 2 ਸਾਲ ਹੋ ਗਏ ਉਦੋਂ ਬਾਅਦ ਦਿਖਾਵਾਂਗੇ ਇਹਨੂੰ ਵੀ ਕਹਿ ਵੀ ਹੀ ਸੌ ਹੁੰਦਾ ਬਾਕੀ ਪਹਿਲਾਂ ਤਾਂ 1-2 ਸਾਲ ਦੀ ਖੇਡ ਹੁੰਦੀ ਸਾਰੀ ਖੇਡ ਦਿਮਾਗ ਦੀ ਹੁੰਦੀ ਆ ਮੇਨ ਠੀਕ ਆ ਨਾ ਬਈ ਤੁਸੀਂ ਕੀ ਸੋਚਦੇ ਹੋ ਸਾਧ ਬਣਨਾ ਪੈਣਾ ਸਾਧ ਬਣ ਜਾਓਗੇ ਤਾਂ ਖਾਨੀ 1-1.5 ਸਾਲ 'ਚ ਹੀ ਮੱਲ ਬਣ ਜਾਓ ਠੀਕ ਆ ਨਾ ਹੋਰ ਵੀ ਯਾਰੀ ਪੁੱਤ ਕਿਹੜਾ ਪਿੰਡ ਆਪਣਾ ਰੋਗੜਾ ਤੈਨੂੰ ਕਿੰਨਾ ਚਿਰ ਹੋਇਆ ਤੈਨੂੰ ਤਾਂ 18 ਦਿਨ ਹੀ ਹੋਇਆ ਚੱਲ ਇਹ ਤਾਂ ਊਂ ਵੀ ਥੋੜ੍ਹਾ ਜਿਹਾ ਪਹਿਲਾਂ ਤਿਆਰ ਹਾਂ ਵੀ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ ਜ਼ਿਲ੍ਹਾ ਪਟਿਆਲਾ ਪਿੰਡ ਹਰਿਨਗਰ ਗੇੜਕੀ ਇਹ ਫਿਰ ਇਹ ਦੂਜਾ ਉਹ ਨਹੀਂ ਖਾਲਸਾ ਠੀਕ ਆ ਇਹ ਹਰਿਆਣੇ ਦਾ ਮੁੰਡਾ ਹੋਰ ਵੀ ਹਾਂਜੀ ਇਹ ਕਿੰਨਾ ਜਿਹਾ ਹੋਇਆ ਆਪਾਂ ਨੂੰ ਅਨੁਭਵ 7 ਮਹੀਨੇ ਹੋ ਗਏ ਜੀ ਡੰਡ ਵੀ ਆਪਣੇ ਕੋਲ ਆਕੇ ਲਾਉਣ ਲੱਗਿਆ ਜਮਾਂ ਹੀ ਫਰੈਸ਼ ਸੀ ਇਹ ਜਮਾਂ ਹੀ ਹਾਂ ਵੀ ਗੁਜਰਾ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਹਾਂਜੀ ਕਿਵੇਂ ਫਿਰ ਹਾਂਜੀ ਪੂਰੇ ਵਧੀਆ ਕਾਇਮ ਕਿੰਨਾ ਟਾਈਮ ਹੋ ਗਿਆ ਬਈ 8 ਕਾਇਮ ਨੇ ਆਪਦੀ ਫੀਲਡ 'ਚ ਹੋਰ ਵੀ ਜਿਹੜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹਦਾ ਮੁੰਡਾ ਵੀ ਬਣਿਆ ਹੋਈ ਆਇਆ ਆਪਣੇ ਕੋਲ ਇਹ ਨਹੀਂ ਅਸੀਂ ਕਹਿੰਦੇ ਵੀ ਅਸੀਂ ਬਣਾਇਆ ਟਰੈਕਟਰ ਕਿਰਪਾ ਬਾਬੇ ਜੀ ਇਹਨਾਂ ਦਾ ਮੈਨੂੰ ਕਿੰਨਾ ਟਾਈਮ ਹੋਇਆ 2 ਮਹੀਨੇ ਨੂੰ ਠੀਕ ਹੈ ਪਹਿਲੇ ਫਿੱਟ ਸੀ ਅਤੇ ਸਾਲ ਕੁ ਰਹਿ ਗਿਆ ਫਿਰ ਇਹਦਾ ਪਿੰਡ ਪੁੱਛਣ ਦੇ ਕਿੱਥੇ ਆ ਠੀਕ ਆ ਹੋਰ ਫਿਰ ਰਾਹੁਲ ਆ ਗਈ ਸਾਡੀ ਇਹਨੂੰ ਤਾਂ ਤੁਸੀਂ ਜਾਣਦੇ ਹੀ ਹੋ ਕਿਉਂ ਰਾਹੁਲ ਬਣ ਗਿਆ ਨਾ ਲੋਹੇ ਵਰਗਾ ਇਹ ਬੰਦਾ ਚੰਟਾ ਨਾਗਾਰੀ ਪਾਉਂਦਾ ਮਿਹਨਤ ਦਾ ਵੀ ਪੱਕਾ ਘਰੇ ਇਹਨੇ ਜਾਣਾ 2-3 ਦਿਨ ਲਈ ਹੁਣ ਦੇਖ ਜਿਹੜਾ ਬੰਦੇ ਅਗਲਾ ਕਹਿੰਦਾ ਕੁਛ ਹੋਇਆ ਨਹੀਂ 2 ਮਹੀਨੇ ਲਾਏ ਜੀ ਮੇਰੇ ਜੀ ਮਾਂ ਬਿਮਾਰ ਆ ਜੀ ਫਲਾਨਾ ਬਿਮਾਰ ਆ ਧੱਕਾ ਮਾਰ ਵੀ ਤੁਸੀਂ ਜਾਂ ਤਾਂ MBA ਡਾਕਟਰ ਹੋਵੋ ਵੀ ਲੋਟ ਕਰ ਦਿਓ ਤੁਸੀਂ ਤਾਂ ਹੋਰ ਟੈਨਸ਼ਨ ਮਾਂ ਪਿਓ ਦੀ ਵਧਾ ਦਿੰਦੇ ਹੋ ਜਾ ਕੇ ਹੈਂ ਅਗਲਾ ਕਹਿੰਦਾ ਉਹ ਕਿਰਕਟ ਵਾਲੇ ਦੀ ਇੱਕ ਕੋਹਲੀ ਦੀ ਖਾਨੀ ਮੈਂ ਕਿਹਦੀ ਸੁਣੀ ਕੋਹਲੀ ਦੀ ਸੀ ਉਹ ਕਹਿੰਦੇ ਬਈ ਉਹਨੇ ਮੈਚ ਖੇਡਣਾ ਸੀ ਹਾਂ ਉਹਦੇ ਡੈਡੀ ਦੀ ਡੈਥ ਹੋ ਗਈ ਉਹਦੇ ਕੋਚ ਨੂੰ ਜੋ ਫੋਨ ਕੀਤਾ ਕੋਚ ਨੇ ਉਹਦੀ ਮਾਂ ਨੇ ਦੱਸਿਆ ਨਹੀਂ ਉਹਨੂੰ ਉਹ ਕਹਿੰਦੀ ਇੱਕ ਤਾਂ
ਚਲੇ ਗਿਆ ਵੀ ਤੂੰ ਜਾ ਉਹਦਾ ਕੈਰੀਅਰ ਆ ਤੇ ਗੱਡੀ ਗੱਲ ਮੈਚ ਖੇਡਿਆ ਉਹਨੂੰ ਉਹਦੇ ਮਾਂ ਨੇ ਉਹਨੂੰ ਦੱਸਿਆ ਨਹੀਂ ਵੀ ਤੇਰੇ ਡੈਡੀ ਦੀ ਡੈਥ ਹੋ ਗਈ ਵੀ ਉਹਦਾ ਟੈਨਸ਼ਨ ਲਊਗਾ ਮੈਚ ਖੇਡਿਆ ਤੂੰ ਬਾਅਦ ਦੱਸਿਆ ਉਹਨੂੰ ਮੈਚ ਫਿਰ ਉਹਨੇ ਸਟਾਰ ਬਣਿਆ ਹੁਣ ਤੁਹਾਨੂੰ ਪਤਾ ਹੀ ਆਪਣੇ ਸਾਹਮਣੇ ਆ ਸਾਰਾ ਕੁਛ ਵੀ ਮਤਲਬ ਕਿ ਐਵੇਂ ਮਾਂ ਪਿਓ ਵਾਲੋਂ ਵੀ ਸਾਰਿਆਂ ਨੂੰ ਬੇਨਤੀ ਆ ਵੀ ਮਾੜਾ ਮੋਟਾ ਵੀ ਬਹਾਨਾ ਜਿਹਾ ਲਾ ਕੇ ਹੈ ਨਾ ਇੱਥੋਂ ਸੱਦ ਲੈਂਦੇ ਹੋ ਸਾਡੀ ਕੀਤੀ ਹੋਈ ਸਾਰੀ ਖੂਹ 'ਚ ਪੈ ਜਾਂਦੀ ਹੈ ਦਸ ਦਿਨ ਬੰਦਾ ਘਰੇ ਲਾਇਆ ਆ ਇੱਥੇ ਦੋ ਮਹੀਨੇ ਲਾਏ ਹੋਏ ਮਿਹਨਤ ਦੇ ਖੂਹ 'ਚ ਪੈ ਗਏ ਉਹ ਕਿਆ ਕੰਮ ਖਤਮ ਹੋ ਗਿਆ ਠੀਕ ਆ ਨਾ ਛੁੱਟੀ ਛਾਟੀ ਕਰਨ ਦਾ ਵਿਚਾਰ ਨਾ ਕਰਿਆ ਕਰੋ ਇੱਕ ਹੋਰ ਆ ਬਾਬਾ ਉਹ ਸੁਖਵਿੰਦਰ ਪੀ ਪੀ ਦੀ ਮੈਂ ਵੀਡੀਓ ਦੇਖੀ ਇਹ ਬਾਬਾ ਜੀ ਆਪਣੇ ਕੋਲ ਚੰਪੇ ਵਾਲਾ ਉਹ ਕਹਿੰਦਾ ਉਹ ਬੋਲਟ ਦੇ ਉਹਨਾਂ ਨੇ ਬਣਾਈ ਤੇ ਬੋਲਟ ਦੇ ਪੜਾਕੇ ਮਾਰਦੇ ਜੀ ਮੁੰਡੇ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੱਥ ਜੋੜ ਕੇ ਬੇਨਤੀ ਆ ਬਈ ਤੁਸੀਂ ਠਾੜ ਠਾੜ ਚਲਾਣ ਕੱਟੀ ਜਾਂਦੇ ਹੋ ਤੁਹਾਨੂੰ ਪਤਾ ਵੀ ਕਿਹੜੀ ਦੁਕਾਨ 'ਤੇ ਵਿਕਦੇ ਨੇ ਕਿਹੜੀ ਦੁਕਾਨ 'ਤੇ ਲਸਾਂਸਰ ਬੋਲਟ ਦੇ ਵਿਕਦੇ ਨੇ ਦੋ ਇੱਕ ਦੋ ਦੁਕਾਨਾਂ ਹੁੰਦੀਆਂ ਸ਼ਹਿਰ 'ਚ ਜਿਵੇਂ ਸਾਡਾ ਮੰਡੀ ਸ਼ਹਿਰ ਆ ਦੋ ਤਿੰਨ ਦੁਕਾਨਾਂ ਹੋਣਗੀਆਂ ਰਾਏਕੋਟ 'ਚ ਦੋ ਤਿੰਨ ਦੁਕਾਨਾਂ ਹੋਣਗੀਆਂ ਤੁਸੀਂ ਉੱਥੇ ਰੇਟ ਕਰੋ ਫੜ ਲਓ ਜਾ ਕੇ ਉਹਨਾਂ ਨੂੰ ਠੀਕ ਆ ਨਾ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਸਾਰਾ ਕੁਛ ਇੰਨਾ ਧੱਕਾ ਮਾੜਾ ਹੁੰਦਾ ਆਮ ਲੋਕ ਇਹ ਚੀਜ਼ ਨਹੀਂ ਆ ਜੱਜ ਕਰਦੇ ਜਾਂ ਜਿੱਥੋਂ ਬਣ ਕੇ ਆਉਂਦੇ ਨੇ ਠੀਕ ਆ ਨਾ ਕਿ ਪੰਜਾਬੀਆਂ ਨੂੰ ਇੱਦਾਂ ਕਰਨਾ ਜਾਣ ਕੇ ਜਿਹੜੀ ਦੁਕਾਨ 'ਤੇ ਵਿਕਦੇ ਨੇ ਉਹਨਾਂ ਨੂੰ ਫੜੋ ਚੱਕ ਕੇ ਕਰੋ ਅੰਦਰ ਇਹਦਾ ਜਵਾਕ ਹੈ ਮੂੜ ਮਾਤਾ ਜਵਾਕਾਂ ਦੀ ਅਸੀਂ ਜਵਾਕਾਂ ਨੂੰ ਵੀ ਬੇਨਤੀ ਕਰਦੇ ਵੀ ਪੁੱਤ ਕੋਈ ਲੋੜ ਨਹੀਂ ਪੜਾਕੇ ਪੜੁੱਕੇ ਪਾਉਣ ਦੀ ਕੰਨਾਂ 'ਤੇ ਮਾਰ ਮਾਰ ਗਰਾਊਂਡ 'ਚ ਪਾਓ ਪੜਾਕੇ ਫੇਰ ਸਵਾਦ ਆਊ ਨਾਲੇ ਮਾਂ ਪਿਓ ਨੂੰ ਤੁਹਾਡੇ 'ਤੇ ਮਾਣ ਆਊ ਠੀਕ ਆ ਨਾ ਇਹ ਬੇਨਤੀਆਂ ਨੇ ਆ ਬਾਕੀ ਪਾਣੀ ਤੋਂ ਹਰੇਕ ਚੀਜ਼ ਦੀ ਹੁਣ ਇਹਨਾਂ ਨੂੰ ਸਾਡਾ ਕੋਚ ਸੀ ਅਰਦਾਸ ਸਿੰਘ ਉਹਨੇ ਸਾਨੂੰ ਮੈਂ ਇੱਕ ਖਾਨੀ ਦੋ ਕੈਂਪੀ ਲਾਏ ਨੇ ਜਿਵੇਂ ਇਹ ਮੁੰਡਾ ਸਾਡੇ ਕੋਲ ਬਣ ਕੇ ਆਇਆ ਸੀ ਵੀ ਉਵੇਂ ਹੀ ਚਲੋ ਆਪਾਂ ਕਹਿੰਦੇ ਵੀ ਅਸੀਂ ਬਣ ਕੇ ਗਏ ਸੀ ਵੀ ਤਿਆਰੀ ਕਰੀ ਹੋਈ ਸੀ ਵਧੀਆ ਜੀ ਉਹਨੇ ਇਹ ਕਿਹਾ ਸੀ ਬਈ ਭਾਂਡਾ ਜਦ ਪਹਿਲਾਂ ਤਾਂ ਮੱਲੀ ਦਾ ਇਹ ਆ ਬਈ ਸਵੇਰੇ ਬਾਥਰੂਮ ਤੋਂ ਲਾਜ਼ਮੀ ਜਾਣਾ ਸ਼ਾਮ ਨੂੰ ਐਕਸਰਸਾਈਜ਼ ਤੋਂ ਪਹਿਲਾਂ ਸਵੇਰ ਵੀ ਐਕਸਰਸਾਈਜ਼ ਤੋਂ ਪਹਿਲਾਂ ਦੋ ਟਾਈਮ ਤੀਜਾ ਨੰਬਰ ਖਾਣਾ ਉਨਾ ਹੀ ਪਵਾਓ ਵੀ ਤੁਹਾਡਾ ਜਿਹੜੀ ਤੁਹਾਡੀ ਪਲੇਟ ਆ ਪਲੇਟ ਦੇ ਵਿੱਚ ਤੁਹਾਡੇ ਵਾਫਰ ਖਾਣਾ ਨਾ ਹੋਵੇ ਪਲੇਟ ਤੁਹਾਡੀ ਉਂਗਲੀ ਨਾਲ ਸਾਫ਼ ਕੀਤੀ ਨਾ ਸਾਡੇ ਪਿੱਛੇ ਸੁੱਟੀ ਐਡੀ ਹੁੰਦੀ ਤੂੰ ਦੀ ਉਹਦੇ ਕੋਲ ਜੇ ਪਲੇਟ 'ਚ ਮਾੜਾ ਵੀ ਤਰਬਰਾ ਲੱਗਿਆ ਹੋਇਆ ਧੂਹੀ 'ਚ ਪੈਂਦੀ ਆਪਣੇ ਇੱਕ ਵਾਰੀ ਲੱਗੀ ਸੀ ਉਦੋਂ ਬਾਅਦ ਨਹੀਂ ਖਾਧੀ ਉਦੋਂ ਬਾਅਦ ਹੁਣ ਤੱਕ ਵੀ ਉਹੀ ਅਸੂਲ ਘਰੇ ਵੀ ਉਹੀ ਆ ਹੁਣ ਵੀ ਉਹੀ ਆ ਦਹੀਂ ਵਾਲੀ ਕੌਲੀ ਹੋਵੇ ਦੂਜੀ ਕੋਲ ਨਾਲੇ ਤਾਂ ਤੁਹਾਡਾ ਦੇਖੋ ਜਿੱਥੇ ਆਪਾਂ ਸਿੰਖ ਦੇ ਵਿੱਚ ਭਾਂਡੇ ਧੋਨੇ ਹੋ ਉਹ ਚੋਕ ਹੋ ਸਕਦਾ ਮੇਨ ਬਾਹਰ ਦਾ ਹੈ ਹੀ ਸਭ ਹੁਣ ਤਾਂ ਚਲੋ ਆਪਣੇ ਤਾਂ ਆਪਣੇ ਵੀ ਉਹੋ ਜਿਹੀਆਂ ਬਣ ਚੱਲੀਆਂ ਕਿਚਨਾ ਠੀਕ ਆ ਨਾ ਇਹ ਨਾਲੇ ਤਾਂ ਵੇਸਟ ਚੰਗਾ ਤੁਹਾਡੀ ਹੈਂ ਆਪਾਂ ਰੋਟੀ ਲਈ ਘਿਓ ਲਈ ਫਿਰਦੇ ਹੋ ਘਿਓ ਆਪਾਂ ਗਰਬੇ ਛੱਡ ਦਿੰਦੇ ਹਾਂ ਹੈ ਨਾ ਉਹ ਨਾਲੀਆਂ ਚ ਰੁਲਦਾ ਫਿਰਦਾ ਇਹ ਚੀਜ਼ਾਂ ਆਪਦੇ ਉੱਤੋਂ ਸਟਾਰਟਿੰਗ ਕਰੋ ਟੂਟੀ ਛੱਡੀ ਆ ਮੂੰਹ ਧੋਨੇ ਹੋ ਕੌਲੀ ਕਰਨੀ ਬੰਦ ਕਰ ਦਿਓ ਟੂਟੀ ਬੁਰਸ਼ ਕਰਦੇ ਹੋ ਟੂਟੀ ਛੱਡੋ ਉਨਾ ਚਿਰ ਜਦੋਂ ਕੌਲੀ ਕਰੇ ਟੂਟੀ ਬੰਦ ਕਰੋ ਆਪਦੇ ਆਪ ਤੋਂ ਸਟਾਰਟਿੰਗ ਕਰੋ ਪਾਣੀ ਬਚਾਉਣ ਦੀ ਠੀਕ ਆ ਨਾ ਉਈ ਪੂਈ ਡੋਲੀ ਜਾਂਦੇ ਪਾਣੀ ਆ ਜਿਹੜੇ ਖੱਤੇ ਠੰਡੇ ਕਰਦੇ ਆ ਇਹਨਾਂ ਦਾ ਹੁਣ ਤੁਹਾਨੂੰ ਪਤਾ ਹੀ ਇਹਨਾਂ ਨੂੰ ਇਹ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਪਹਿਲਾਂ ਵੀ ਕਰ ਚੁੱਕਿਆ ਤੁਸੀਂ ਕਹਿੰਦੇ ਪਾਣੀ ਥੱਲੇ ਜਾਂਦੇ ਆ ਇੰਨਾ ਸੋਹਣਾ ਪਾਣੀ ਆ ਠੀਕ ਆ ਬੂਟਿਆਂ ਨੂੰ ਪਾਓ ਜਿੱਥੇ ਪਾਉਣਾ ਪਾਓ ਜਿੱਥੇ ਤੁਹਾਡੀ ਫਸਲ ਬਾੜੀ ਉੱਥੇ ਪਾਓ ਜਿਹੜੇ ਤੁਸੀਂ ਉਈ ਬਿਨਾਂ ਮਤਲਬ ਲਾ ਕੇ ਲੇਜਰ ਕਰਾ ਉਈ ਖੱਤੇ ਠੰਡੇ ਕਰੀ ਜਾਂਦੇ ਹੋ ਉਹਦਾ ਮਤਲਬ ਕੀ ਆ ਇੱਥੇ ਸਟਾਰਟ ਰੱਖੋ ਬਸ ਗੱਲਾਂ ਤੁਹਾਨੂੰ ਫੇਰ ਸੁਣਾ ਦੂੰ ਮੈਂ ਲਾ ਲਓ ਐਕਸਰਸਾਈਜ਼ ਵੈਸੇ ਸਾਡੀ 45-50 ਮਿੰਟ ਦੀ ਹੋ ਗਈ ਪਹਿਲਾਂ ਇਹਨਾਂ ਦਾ ਮੇਰਾ ਥੋੜ੍ਹਾ ਗਿੱਟਾ ਸੁੱਜ ਗਿਆ ਅੱਜ ਅਤੇ ਹੁਣ ਤੈਨੂੰ ਪਤਾ ਫ੍ਰੈਕਚਰ ਹੋਏ ਹੋਏ ਨੇ ਇਹ ਜਿਹਾ ਕੰਮ ਜਦੋਂ ਮਾੜਾ ਖਿਚਾਈ ਕਰ ਦਿੰਦੇ ਫਿਰ ਸੋਸ ਆ ਜਾਂਦੀ ਆ ਲੈ ਵੀ ਜੁੱਟ ਗਏ ਜਵਾਨ ਆਪਣੇ ਇਹ ਐਕਸਰਸਾਈਜ਼ ਦੇ ਵਿੱਚ ਸਾਰਾ ਕੁਛ ਹੀ ਆ ਜਾਂਦਾ ਠੀਕ ਆ ਜੀ ਹਾਂ ਠੀਕ ਆ ਗੁੱਡ 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 ਖਿੱਚ ਕੇ ਵੈਰੀ ਗੁੱਡ ਬਹੁਤ ਵਧੀਆ ਰਾਹੁਲ ਇਹ ਰਾਹੁਲ ਆ ਮੱਛੀ ਮੋਟਰ ਸਾਡੀ 37 ਕਿਲੋ ਵਾਲੀ ਗੁੱਡ ਰਾਹੁਲ ਗੁੱਡ ਇਹ ਮੁੰਡਾ ਰੇਡਰ ਆ ਜਿਹੜਾ ਅੱਗੇ ਤੁਹਾਨੂੰ ਦਿਖਾਇਆ ਸੀ
ਇਹਨੂੰ ਵੀ ਸਿਆਲ ਚ ਕਰਾਂਗੇ ਲੌਂਚ ਮਾਰਾ ਸੁੱਖ ਰੱਖੇ ਮੈਂ ਤਾਂ ਲੌਂਚ ਕਰਦਾ ਕਰਦੇ ਰਹਿ ਜਾਂਦਾ ਜਾਨੂੰ ਭੱਜ ਭੁੱਜ ਜਾਂਦੇ ਆ ਹੈ ਇਹ ਬਾਬੇ ਹੁਣੀ ਨੇ ਬਾਬੇ ਹੁਣੀ ਤਾਂ ਖੜੇ ਨੇ ਇਹ ਵੀ ਮੁੰਡਾ ਕਹਿੰਦਾ ਕਹਿੰਦਾ ਬਾਈ ਜਾਂਦਾ ਨਹੀਂ ਮੈਂ ਕਿਹਾ ਫਿਰ ਦੇਖੀ ਪ੍ਰਮੋਟਰ ਆਉਣਗੇ ਵੀ ਫਤਿਹ ਰੁਸਤਮ ਕਬੱਡੀ ਕਲੱਬ ਕਿੱਥੇ ਕਾ ਜਦੋਂ ਨਾ ਫੇਰੋਂਗੇ ਡੰਡਾ ਉਦੋਂ ਲੋਕ ਕਹਿਣਗੇ ਬਈ ਹਾਂ ਬਿਲਕੁਲ ਸਹੀ ਗੱਲ ਕਹਿੰਦਾ ਸੀ ਠੀਕ ਆ ਨਾ ਇਹ ਤਾਂ ਘਾਲਣਾ ਘਾਲਣੀ ਪੈਣੀ ਆ ਆਹ ਛੋਟੀ ਪਨੀਰੀ ਆ ਸਾਡੀ ਆਹ ਛੋਟੇ ਪਨੀ ਪਨੀਰੀ ਆ ਛੋਟੀ ਯਾਰ ਆਹ ਕੱਲ੍ਹ ਹੀ ਆਇਆ ਪਤਾ ਠੀਕ ਆ ਜੀ ਹੁਣ ਇਹਨਾਂ ਨੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਠੀਕ ਆ ਨਾ ਹਾਂ ਇਹ ਕੈੜਾ ਫੁੱਲ ਕੰਮ ਜਿਹੜਾ ਕਰਾ ਰਿਹਾ ਮੈਂ ਹਾਂ ਠੀਕ ਆ ਨਾ ਇਹ ਸੌ ਸੌ ਦਾ ਮਾਰਦੇ ਆ ਇੱਕ ਪੈਰ 'ਤੇ ਸੈੱਟ ਆ ਹੈਂ ਪਤਾ ਲੱਗਦਾ ਇੱਕ ਪੈਰ 'ਤੇ ਦੋ ਗਿਣਦੇ ਹਾਂ ਅਸੀਂ ਦੋ ਪੈਰਾਂ ਦਾ ਇੱਕ ਗੁੱਡ ਗੁੱਡ ਇਹ ਖਾਲਸਾ ਸਾਡਾ ਠੀਕ ਆ ਇਹ ਰੱਬੋ ਵਾਲਾ ਇਹ ਫਤਿਹ ਸਿੰਘ ਠੀਕ ਆ ਜੀ ਇਹ ਗੁੱਜਰ ਆ ਇਹ ਪਿੱਛੇ ਚਾਚੇ ਹੁਣੀ ਉਹ ਆ ਗਏ ਚਾਚੇ ਦਾ ਵੀ ਤੁਹਾਨੂੰ ਕਹਾਣੀ ਦੱਸਾਂਗੇ ਠੀਕ ਆ ਨਾ ਉਹ ਹਰਿਆਣਾ ਮੁੰਡਾ ਉਹ ਨਵੇਂ ਮੁੰਡੇ ਨੇ ਉਹਨਾਂ ਨੂੰ ਫਿਰ ਵੀ ਭਾਈ ਕੋਈ ਗੱਲ ਨਹੀਂ ਇੱਕ ਮਹੀਨਾ ਕਹਿ ਦਈਦਾ ਵੀ ਜਿਵੇਂ ਕਰਨੀ ਉਵੇਂ ਕਰ ਲਓ ਠੀਕ ਆ ਤਾਂ ਰਿਲੈਕਸ ਕਰੋ ਹੁਣ ਰਿਲੈਕਸ ਕਰੋ ਹਾਂ ਬਈ ਚਾਚਾ ਇਹਨੂੰ ਚਾਚਾ ਹੀ ਕਹਿੰਦੇ ਸਾਰਾ ਸੁਪਰ ਚਾਚਾ ਬਣ ਗਿਆ ਇਹ ਵਾਹਿਗੁਰੂ ਜੀ ਕੀ ਫਤਿਹ ਹਾਂ ਸੁਣਾ ਗੱਲਬਾਤ ਹੁਣ ਪਹਿਲਾਂ ਕੀ ਪੋਜੀਸ਼ਨ ਸੀ ਪਹਿਲਾਂ ਜੀ ਮੈਂ ਨਸ਼ੇ 'ਚ ਪੈ ਗਿਆ ਸੀਗਾ ਠੀਕ ਆ ਤਿੰਨ ਕੁ ਸਾਲ ਨਾਲ ਛੱਡ ਦਿੱਤਾ ਜੀ ਠੀਕ ਆ ਹੁਣ ਕਿੰਨਾ ਚਿਰ ਹੋਇਆ ਅਕੈਡਮੀ ਜਾਏ ਨੂੰ ਤਿੰਨ ਮਹੀਨੇ ਹੋ ਗਏ ਇਹਦਾ ਬਾਪੂ ਜੀ ਮੈਨੂੰ ਬਹੁਤ ਵਧੀਆ ਬੰਦਾ ਲੱਗਿਆ ਜਾਣੀ ਮਿਲੇ ਤਾਂ ਅਸੀਂ ਉੱਦਾਂ ਹੀ ਹਾਂ ਉੱਦਾਂ ਵੀ ਤਕਰੀਬਨ ਇਹ ਡੱਕਿਆ ਹੀ ਹੋਇਆ ਸੀ ਜਿੱਦਾਂ ਆਇਆ ਹੈ ਨਾ ਅਤੇ ਪਰ ਬੰਦਾ ਇੰਨਾ ਵਧੀਆ ਇਹਨੇ ਕੋਈ ਦਵਾਈ ਨਹੀਂ ਲਈ ਬਾਈ ਜਾਣੀ ਦੋ ਤਿੰਨ ਦਿਨ ਨੀਂਦ ਨੂੰਦ ਦੀਆਂ ਗੋਲੀ ਦਿੰਦੇ ਰਹੇ ਹਾਂ ਜਾਣੀ ਬੰਦੇ ਨੇ ਜਮੀ ਵਾਪਸੀ ਕਰ ਗਿਆ ਆਹ ਝੋਟੇ ਵਰਗਾ ਹੁਣ ਨਜ਼ਾਰਾ ਲਿਆਤਾ ਅਸੀਂ ਬਹੁਤ ਖੁਸ਼ ਹਾਂ ਇਹਦੇ ਠੀਕ ਆ ਨਾ ਬਾਕੀ ਭਾਈ ਮਹਾਰਾਜ ਦੇ ਕਰਮ ਨੇ ਜਿਹੜਾ ਇਹ ਖੂਹ 'ਚੋਂ ਨਿਕਲਿਆ ਆ ਅਤੇ ਤੈਨੂੰ ਵਧਾਈਆਂ ਭਾਈ ਬਹੁਤ ਬਹੁਤ ਪੁੱਤ ਮਹਾਰਾਜ ਚੜ੍ਹਦੀ ਕਲਾ ਰੱਖੇ ਠੀਕ ਆ ਬਸ ਮਿਹਨਤ ਕਰੋ ਪੁੱਤ ਦੱਬ ਕੇ ਖੂਹ 'ਚ ਕੀ ਆ ਤਾਂ ਗੰਦ ਆ ਸਮਝੇ ਹਾਂ ਗੰਦ 'ਚ ਨਹੀਂ ਜਾਣਾ ਆਪਾਂ ਇਹ ਜਵਾਨ ਰੱਸਾ ਚੜ੍ਹ ਰਿਹਾ ਆਪਣੇ ਜੀ ਬਾਲਾ ਤਾਹਾਂ ਨਹੀਂ ਪੁੱਤ ਜਾਣਾ ਹੌਲੀ ਚੜ੍ਹੋ ਹੌਲੀ ਬਸ ਭਾਰ ਦੇ ਕੇ ਉਤਰੋ ਭਾਰ ਦੇ ਕੇ ਹੌਲੀ 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 ਜਿੰਨਾ ਹੌਲੀ ਉਤਰੋਗੇ ਉਨਾ ਹੀ ਪਾਵਰਫੁੱਲ ਆ ਕੰਮ ਠੀਕ ਆ ਨਾ ਜਿਵੇਂ ਤੇਜ਼ ਤੇਜ਼ੀ ਵਾਲੇ ਦਾ ਸ਼ੈਤਾਨ ਦਾ ਕੰਮ ਆ ਗੋ ਆਹ ਹੈਗਾ ਨਵੇਂ ਬੰਦਿਆਂ ਲਈ ਜਿਹੜੇ ਨਹੀਂ ਰੱਸਾ ਚੜ੍ਹਦੇ ਠੀਕ ਆ ਉਹਨਾਂ ਨੂੰ ਫਿਰ ਇੱਦਾਂ ਕਰ ਦੇਈਦਾ ਹਾਂ ਹਾਂ ਟਕਾ ਕੇ ਟਕਾ ਕੇ ਟਕਾ ਕੇ ਗੁੱਡ ਗੁੱਡ ਰਹਿਣਾ ਹਾਂ ਟਕਾ ਕੇ ਰੱਬਰ ਤੇਜ਼ੀ ਕਰਦਾ ਸੱਤ ਅੱਠ ਬਹੁਤ ਹੁੰਦੇ ਆ ਸੱਤ ਅੱਠ ਹੱਥ ਹਾਂ ਟਕਾ ਕੇ ਹਾਂ ਜਿੰਨਾ ਟਕਾ ਕੇ ਉਤਰੋਗੇ ਉਨਾ ਹੀ ਸਹੀ ਆ ਇੱਕ ਗੇਰੀ ਦੋ ਗੇਰੀ ਲੱਗ ਜਾਂਦਾ ਅਜੇ ਟਕਾ ਕੇ ਉਤਰੋ ਗੋ ਇਹ ਆ ਜਿਹੜੇ ਮੁੰਡੇ ਨਹੀਂ ਚੜ੍ਹਦੇ ਨਵੇਂ ਨੇ ਇਹ ਲਮਕ ਲਓ ਤੀਹ ਸਕਿੰਟ ਲਮਕ ਲਓ ਚਾਲੀ ਲਮਕ ਲਓ ਉੱਥੇ ਇੱਧਰ ਜਾ ਕੇ ਕਾਲੀਆ ਗਿੱਟੇ ਜੋੜ ਗੋਡੇ ਜੋੜ ਕੇ ਹਾਂ ਹਾਂ ਰੈਡੀ ਚਲੋ ਬਈ ਗੋ ਹਾਂ ਬਸ 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 ਬਹੁਤ ਆ ਗੁੱਡ 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 ਐਂ ਫਿਰ ਇਹਨਾਂ ਨੂੰ ਪੰਦਰਾਂ ਵੀਹ ਦਿਨ ਲਮਕਾ ਕੇ ਫਿਰ ਸਟਾਰਟ ਕਰਾਵਾਂਗੇ ਇਹਨਾਂ ਦਾ ਤਾਹਾਂ ਚੜ੍ਹਨਾ ਠੀਕ ਆ ਜੀ